ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਦੋਸਤ ਤੇ ਹੋਸਟ ਪੂਜਾ। ਮੈਂ ਤੁਹਾਡਾ ਸਵਾਗਤ ਕਰਦੀ ਹਾਂ ਕਿੰਗ ਐਂਟਰਟੇਨਮੈਂਟ ਟੈਲੀਵਿਜ਼ਨ ਤੇ, ਜਿੱਥੇ ਤੁਹਾਨੂੰ ਮਿਲਣ ਵਾਲੀਆਂ ਨੇ ਬਾਲੀਵੁੱਡ ਤੇ ਪਾਲੀਵੁੱਡ ਨਾਲ ਜੁੜੀਆਂ ਹਰੇਕ ਲੇਟੈਸਟ ਅਪਡੇਟ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੋਂ ਕੋਈ ਵੀ ਅਪਡੇਟ ਮਿਸ ਨਾ ਹੋ ਜਾਵੇ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਪਡੇਟ ਵੱਲ। ਇਹ ਅਪਡੇਟ ਸਾਨੂੰ ਦਿੱਤੀ ਗਈ ਡਾਇਰੈਕਟਰ ਪਾਲੀ ਭੁਪਿੰਦਰ ਸਿੰਘ ਜੀ ਵੱਲੋਂ, ਜਿਨ੍ਹਾਂ ਨੇ ਆਪਣੀ ਨਵੀਂ ਮੂਵੀ ਅਨਾਊਂਸ ਕੀਤੀ ਹੈ ਜਿਸ ਦਾ ਟਾਈਟਲ ਹੈ ਗੁਰਮੁਖ। ਜੇ ਆਪਾਂ ਕ੍ਰੈਡਿਟਸ ਦੀ ਗੱਲ ਕਰੀਏ ਤਾਂ ਇਸ ਮੂਵੀ ਦੇ ਵਿੱਚ ਸਾਨੂੰ ਮੇਨ ਲੀਡ ਦੇ ਵਿੱਚ ਐਕਟ ਕਰਦੇ ਨਜ਼ਰ ਆਉਣਗੇ ਸਾਰਾ ਗੁਰਪਾਲ, ਕੁਲਜਿੰਦਰ ਸਿੰਘ ਸਿੱਧੂ, ਸਰਦਾਰ ਸੋਹੀ, ਯਾਦ ਗਰੇਵਾਲ, ਹਰਦੀਪ ਗਿੱਲ। ਇਸ ਮੂਵੀ ਨੂੰ ਡਾਇਰੈਕਟ ਕੀਤਾ ਗਿਆ ਹੈ ਪਾਲੀ ਭੁਪਿੰਦਰ ਸਿੰਘ ਵੱਲੋਂ ਅਤੇ ਪ੍ਰੋਡਿਊਸ ਕੀਤਾ ਗਿਆ ਰਾਣਾ ਆਲੂਵਾਲੀਆ ਵੱਲੋਂ। ਤੇ ਬਹੁਤ ਜਲਦ ਤੁਹਾਨੂੰ ਇਹ ਮੂਵੀ 27 ਅਗਸਤ 2021 ਨੂੰ ਵੱਡੇ ਪਰਦੇ ਤੇ ਵੇਖਣ ਨੂੰ ਮਿਲ ਜਾਵੇਗੀ। ਸੋ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਅਪਡੇਟ? ਸਾਨੂੰ ਲਾਈਕ, ਕਮੈਂਟ ਐਂਡ ਸ਼ੇਅਰ ਕਰਕੇ ਜ਼ਰੂਰ ਦੱਸੋ ਤੇ ਨਾਲ ਦੀ ਨਾਲ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੋਂ ਕੋਈ ਵੀ ਅਪਡੇਟ ਮਿਸ ਨਾ ਹੋ ਜਾਵੇ। ਥੈਂਕਸ ਫੋਰ ਵਾਚਿੰਗ ਐਂਡ ਕੀਪ ਸ਼ੇਅਰਿੰਗ।